ਆ ਕੀ ਕਰ ਰਿਹਾ? ਏਦਾਂ ਹੀ ਕਹੋਗੀ ਕਿੱਦਾਂ ਲਾਉਣੀ ਸੀ? ਅਬ ਇੰਨਾ ਜਾਂ ਖੜੀਆਂ ਦੇ ਵਿੱਚ ਹੀ ਸਾਰਾ ਕੁਛ ਹੋ ਰਿਹਾ, ਅਪੁਆਇੰਟਮੈਂਟ ਵਾਲਾ ਕੰਮ ਤੇਰੀ ਨੂੰ ਚੈੱਕਅਪ ਕਰਾਉਣਾ ਬਣਾ ਆਪਦਾ ਲੱਗਦਾ। ਲਾ ਦੇ ਦਿਹਾੜੀ ਸਰੋਂ ਦਾ ਕੰਮ ਕਰਦੇ, ਕੱਲ ਬਾਹਰ ਰੁਕ ਜਾਏ ਭਾਜੀ। ਹਾਂ ਗੱਡੀ ਦਾ ਬੰਪਰ ਸਹੀ ਕਰਾਇਆ, ਹੁਣ ਮੇਰੇ ਬੰਪਰ ਤੇ ਪਤਾ ਨਹੀਂ ਕੀ ਹੋ ਗਿਆ ਇਹਦੇ। ਫਟਾਫਟ ਚੀਟਾ ਦੁੱਧ ਲੈ ਕੇ ਆਵਾਂ ਤੇ ਉਸ ਤੋਂ ਬਾਅਦ ਤਿਆਰ ਹੋਈਏ। ਪਹੁੰਚ ਗਈ, ਚਲ ਆ ਗਿਆ ਗੱਡੀ ਆ ਗਈ। ਚਲੋ ਜੀ ਮਿੱਤਰੋ ਆਪਾਂ ਹੋ ਗਏ ਤਿਆਰ। ਬੀਬੀ ਦਾ ਪਾਸਪੋਰਟ ਹੈ, ਰੀਨਿਊ ਕਰਾਉਣਾ, ਉਹਦੇ ਲਈ ਜਾਣਾ ਆਪਾਂ। ਬੀਬੀ ਐਕਚੁਅਲੀ ਗਈ ਹੋਈ ਸੀ ਬਾਂਡੇ, ਮੈਂ ਤੁਹਾਨੂੰ ਕੱਲ੍ਹ ਦੱਸਿਆ ਸੀਗਾ। ਵੈਸੇ ਪਲੈਨ ਤਾਂ ਇੱਦਾਂ ਸੀਗਾ ਕਿ ਬੀਬੀ ਉਧਰੋਂ ਆਜੂਗੀ, ਰਸਤੇ 'ਚ ਮੈਂ ਫਲੋਰ ਤੋਂ ਬਿਠਾ ਲੂੰਗਾ, ਫਿਰ ਜਲੰਧਰ ਚੱਲ ਜਾਂਗੇ। ਬੀਬੀ ਨੂੰ ਪਾਸਪੋਰਟ ਦੀ ਐਕਸਾਈਟਮੈਂਟ ਜ਼ਿਆਦਾ ਸੀਗੀ, ਛੇਤੀ ਤੁਰ ਪਈ ਉੱਥੋਂ ਬਾਂਡੇ ਤੋਂ, ਛੇ ਘਰੇ ਹੀ ਪਹੁੰਚ ਗਈ। ਫਲੋਰ ਵਾਲਾ ਰੂਟ ਮੈਨੂੰ ਥੋੜ੍ਹਾ ਲੰਬਾ ਪੈਂਦਾ, ਉੱਧਰ 'ਤੇ ਜਾਣਾ ਸੀਗਾ ਸਪੈਸ਼ਲ ਪਿੱਕ ਕਰਨ ਕਰਕੇ। ਹੁਣ ਮੈਂ ਦੂਸਰੀ ਸਾਈਡ ਜਾਊਂਗਾ ਜਲੰਧਰ ਨੂੰ, ਨਕੋਦਰ ਵੱਲ ਦੀ, ਉਹ ਨੇੜੇ ਪੈਂਦਾ। ਮਿੱਤਰ ਚੱਲੀਏ ਫਿਰ। 9:30 ਹੋ ਗਏ ਆ, 11 ਵਜੇ ਦੀ ਅਪੁਆਇੰਟਮੈਂਟ ਆ, 11:15 ਵਜੇ ਦਾ ਰਿਪੋਰਟਿੰਗ ਟਾਈਮ ਆ, ਪਹੁੰਚ ਹੋ ਜਾਣਾ ਵੈਸੇ ਤਾਂ ਔਨ ਟਾਈਮ ਹੀ ਆਪਾਂ, ਬਸ ਰੋਟੀ ਖਾਣੀ ਹਜੇ ਮੈਂ। ਆ ਕੀ ਕਰ ਰਿਹਾ? ਏਦਾਂ ਹੀ ਕਹੋਗੀ ਕਿੱਦਾਂ ਲਾਉਣੀ ਸੀ? ਮੈਂ ਕਿੱਦਾਂ ਲਾਈ ਦੇ? ਆ ਲਾ ਦੇ ਇਹਨੂੰ, ਪਿੱਛੇ ਦੀ ਨੀ ਮੋਰ ਦੀ, ਇੱਥੇ ਦੀ। ਕੀ ਘਾਹ ਦਾ ਕੰਮ ਹੈ, ਸੌਖਾ ਜਿਹਾ, ਬਸ ਉਹ ਚ ਕਰਦੇ। ਚਾਹ ਤਾਂ ਬੜਾ ਚੜਿਆ ਹੋਣਾ ਜੀ ਪਾਸਪੋਰਟ ਦਾ। ਪੌਣੇ 10 ਹੋ ਚੁੱਕੇ ਆ, 11:45 ਦੀ ਅਪੁਆਇੰਟਮੈਂਟ ਆ, ਮਤਲਬ ਰਿਪੋਰਟਿੰਗ ਟਾਈਮ ਆ, ਪਹੁੰਚਣਾ ਘੰਟਾ ਹੈਗਾ, ਪਹੁੰਚ ਹੋ ਜਾਣਾ ਆਰਾਮ ਨਾਲ। ਤੂੜੀ ਦਾ ਭਰਿਆ ਹੋਣਾ, ਰਿਸਕ ਹੀ ਆ ਇਹ ਕਟਾਰ। ਤੁਰੇ ਤਾਂ ਜਲੰਧਰ 'ਚ, ਟੋਰਾਂਟੋ ਪਹੁੰਚ ਗਏ, ਆ ਗਿਆ ਟੋਰਾਂਟੋ ਵਾਲਾ। ਚਲੋ ਜੀ ਪਹੁੰਚ ਚੁੱਕੇ ਹਾਂ ਲੋਕੇਸ਼ਨ 'ਤੇ, 11 ਵਜੇ 'ਚ 5 ਮਿੰਟ ਰਹਿੰਦੇ ਆ। ਫੋਟੋ ਕਾਪੀਆਂ ਕਰਾ ਕੇ ਵੀ ਲਿਆ, ਇਹਨਾਂ ਨੂੰ ਪਸੰਦ ਨਹੀਂ ਆ, ਕਹਿੰਦੇ ਦੁਬਾਰਾ ਕਰਕੇ ਲਿਆਓ। ਅਵੇਨਾ ਵਾਲਾ ਸਿਸਟਮ ਵਧੀਆ, ਅਵੇਨਾ ਜਾਂ ਖੜੀਆਂ ਦੇ ਵਿੱਚ ਹੀ ਸਾਰਾ ਕੁਛ ਹੋ ਰਿਹਾ, ਅਪੁਆਇੰਟਮੈਂਟ ਵਾਲਾ ਕੰਮ, ਫੋਟੋ ਫੋਟੋ ਸਾਰਾ ਕੁਛ ਇਹਦੇ 'ਚ ਹੀ ਹੋ ਰਿਹਾ। ਇਹਦਾ ਕੰਮ ਹੀ ਬੜਾ ਸੌਖਾ, 1/2 ਘੰਟੇ 'ਚ ਵਿਹਲੇ ਹੋ ਗਏ, ਜਿੰਨਾ ਸੋਚਿਆ ਸੀ ਉਨਾ ਮੁਸ਼ਕਲ ਨਹੀਂ ਹੋਇਆ। ਜਿੰਨਾ ਸੋਚਿਆ ਸੀ ਵੀ ਸਰਕਾਰੀ ਕੰਮ ਜੱਬ ਜੁੱਬ ਪਊਗਾ ਕੋਈ, ਬਟ ਵਿਚਾਰ ਹੈ ਗਿਆ ਥੋੜ੍ਹਾ ਜਿਹਾ ਪਿਆ। ਫੋਟੋ ਕਾਪੀ ਨਹੀਂ ਪਸੰਦ ਆਈ, ਕਹਿੰਦੇ ਫੋਟੋ ਕਾਪੀ ਦੁਬਾਰਾ ਕਰੋ। ਠੀਕ ਹੈ ਹੁਣ, ਮਹੀਨੇ ਬਾਅਦ ਮਿਲਦੀ ਸੀਗੀ ਇਹ, ਮੇਰੇ ਖਿਆਲ ਨਾਲ 10 ਹਫ਼ਤਾ ਪਹਿਲਾਂ ਬੁੱਕ ਕੀਤੀ ਆ। ਇਹ ਸਿਸਟਮ ਵਧੀਆ ਆ, ਉੱਥੇ ਨਾਲੇ ਭੀੜ ਭੜਕਾ ਬਹੁਤ ਆ, ਇੱਥੇ ਇੱਥੇ ਸੈਨ ਕਰੋ, ਉੱਥੇ ਜਾਓ, ਉੱਥੋਂ ਜਾਓ, ਰਸ ਪੀਤੀ ਜਾਵੇ। ਠੰਡ ਪਈ, ਠੰਡ। ਨੂਰਮਾ ਰੁਕੇ ਬਈ, ਥੋੜਾ ਕੰਮ ਹੈ ਇੱਥੇ। ਆ ਵੀ ਸਹੀ ਹੈ ਉਦਾਂ ਤਾਂ, ਆਹੋ ਆ ਵੀ ਸਹੀ ਹੈ। ਮੈਂ ਕਹੇ ਤੂੰ ਮਾੜਾ ਜਿਹਾ ਗੂੜਾ ਜੀ ਜੀ ਹੋ ਗਿਆ, ਡਰ ਵੀ ਦੇਖ ਲੈਣਾ, ਕੱਪੜਾ ਮੈਨੂੰ ਲੱਗਦਾ ਚੁੱਭਦਾ ਜਾ ਹੋਣਾ। ਚਲੋ ਜੀ ਮਿੱਤਰੋ ਪਿੰਡ ਪਹੁੰਚ ਚੁੱਕੇ ਆ ਆਪਾਂ, 1 ਵਜਾ ਜੇ ਟਾਈਮ ਨਾਲ ਹੀ ਕੰਮ ਹੋ ਗਿਆ ਆਪਣਾ, ਇੰਨਾ ਐਕਸਪੈਕਟਡ ਨਹੀਂ ਸੀਗਾ, ਮੈਂ ਤਾਂ ਸੋਚਿਆ ਸ਼ਾਮ ਪੈ ਜਾਣੀ ਆ। ਗਰਮੀ ਬਹੁਤ ਹੋ ਗਈ ਯਾਰ, ਹੁਣ ਬਾਹਰ ਮੁਸ਼ਕਲ ਹੀ ਆ ਕੰਮ, ਦੇਖੋ ਐਨ ਪਿੰਡ ਸੁਣਨਾ ਪਿਆ, ਹਾਲ ਚਾਲ ਹੋਣ ਲੱਗ ਪੈਣੀ ਆ, ਥੋੜ੍ਹੇ ਦਿਨਾਂ ਤੱਕ ਟਰਾਲੀਆਂ ਟਰਾਲੀਆਂ ਫਿਰਨੀਆਂ, ਟਰਾਲੀ ਕਦੇ ਇਹਨੂੰ ਕਦੇ ਉਹਨੂੰ, ਆਹ ਕੁਛ ਨਵੇਂ ਨਿਕਲਿਆ
ਗੱਡੀ ਦਾ ਬੰਪਰ ਸਹੀ ਕਰਾਇਆ, ਹੁਣ ਮੇਰੇ ਬੰਪਰ ਤੇ ਪਤਾ ਨਹੀਂ ਕੀ ਹੋ ਗਿਆ, ਇਹਦੀ ਸਾਹਮਣੇ ਵਾਲੀ ਗਰਿੱਲ ਤੇ ਦੇਖੋ ਕੀ ਨਿਕਲਿਆ। ਚਲੋ ਜੀ ਟਾਟਾ ਬਾਏ ਬਾਏ। ਇੰਨੀ ਧੁੱਪ 'ਚ ਕਣਕ ਦੱਬਣੀ, ਮੈਂ ਤਾਂ ਇਹ ਸੋਚ ਕੇ ਟੈਨਸ਼ਨ ਪੈ ਗਈ। ਚਲੋ ਵੈਸੇ ਐਡਜਸਟ ਹੋ ਜਾਂਦਾ ਹੁੰਦਾ ਸਰੀਰ ਆਪਣੇ ਆਪ ਸਾਰ, ਅਪ੍ਰੈਲ ਮਹੀਨਾ ਚੱਲਦਾ ਆ, ਜੂਨ ਤੱਕ ਜੱਟ ਨੇ ਕਾਲਾ ਨਾਗ ਬਣ ਜਾਣਾ। ਕਿੱਦਾਂ ਮਾਮਾ? ਠੀਕ ਹੈ ਮਾਮੇ, ਨੂੰ ਕਹਿੰਦੇ ਜੇ ਬੁਖਾਰ ਚੜ ਗਿਆ। ਠੀਕ ਆ, ਠੀਕ ਹੈ ਤਾਂ ਸੁਪੱਤੀ ਚੜਿਆ, ਤੇਰੀ ਨੂੰ ਚੈੱਕਅਪ ਕਰਾਉਣਾ ਬਣਾ ਆਪਦਾ ਲੱਗਦਾ। ਉਹ ਬੱਲੇ ਮਾਮਾ ਥੋੜਾ ਆਲਮੋਸਟ ਚੌਂਟ ਹੀ ਆ। ਉਹ ਬੱਲੇ ਮਾਮਾ ਵਧਾਈਆਂ। ਚਲੋ ਜੀ ਮਿੱਤਰੋ, ਆ ਜਾਓ ਕਿਆ ਮੋਟਰ 'ਤੇ ਗੇੜੀ ਮਾਰਨ। ਉਹ ਮਾਮੇ ਨੂੰ ਬੁਖਾਰ ਹੋ ਗਿਆ ਸੀਗਾ, ਮੈਂ ਜਲੰਧਰ ਸੀਗਾ ਜਦੋਂ ਫੋਨ ਆਇਆ ਸੀਗਾ, ਫਿਰ ਮੈਂ ਡਾਕਟਰ ਨੂੰ ਫੋਨ ਕਰਕੇ ਘਰ ਭੇਜਤਾ ਸੀਗਾ। ਸੋ ਹੁਣ ਠੀਕ ਹੈ, ਵੈਸੇ 100 ਦੇ ਰਾਊਂਡ ਹੀ ਸੀਗਾ ਬੁਖਾਰ, ਵੈਸੇ ਮੈਂ ਉਹਨਾਂ ਦੇ ਸਾਹਮਣੇ ਨਹੀਂ ਕਿਹਾ, ਮੈਂ ਕਿਹਾ ਠੀਕ ਆ। ਅਤੇ ਮਾਮਾ ਟੈਨਸ਼ਨ ਛੇਤੀ ਲੈ ਜਾਂਦਾ। ਮੈਂ ਹੈਰਾਨ ਹਾਂ ਆਪਣੇ ਬੀ ਪੀ 'ਤੇ, ਮੇਰਾ ਬੀ ਪੀ 140-150 ਰੋਜ਼ ਹੀ, ਇਹ ਸਾਲਾ ਸਟ੍ਰੈੱਸ ਦਾ ਕੰਮ ਆ ਸਾਰਾ। ਮੈਂ ਵੈਸੇ ਹੈਲਥ ਚੈੱਕਅਪ ਕਰਾਉਣਾ ਹੁੰਦਾ ਫੁੱਲ ਬੋਡੀ ਦਾ ਸਾਲ 'ਚ ਇੱਕ ਵਾਰ, ਸੋ ਮਈ 'ਚ ਕਰਾਇਆ ਸੀਗਾ ਲਾਸਟ ਈਅਰ, ਹੁਣ ਵੀ ਕਰਾਉਣਾ ਚਾਹੀਦਾ, ਮਈ 'ਚ ਹੀ ਹੋਣਾ ਵੈਸੇ, ਹੁਣ ਆਪਣਾ ਕੰਮ ਸ਼ੁਰੂ ਹੋ ਜਾਣਾ ਮੋਰੇ। ਹੁਣ ਮੰਗਦਾ ਪੈਸੇ। ਅੱਛਾ, ਤਾਂ ਮੇਰਾ ਫੋਨ ਹੀ ਨਹੀਂ ਚੱਕਦਾ। ਤਾਂ ਤੋ ਮੇਰਾ ਫੋਨ ਵੀ ਤਾਂ ਹੀ ਨਹੀਂ ਚੱਕਣ ਡਿਆ। ਲਾ ਦੇ ਦਿਹਾੜੀ ਸਰੋਂ ਦਾ ਕੰਮ ਕਰਦੇ। ਕੱਲ ਭਾ ਰੁਕ ਜਾਏ ਭਾਜੀ। ਹਾਂ ਕੱਲ ਮਿੱਠੂ ਆ ਜਾਗਾ ਕਹਿੰਦਾ ਸੀ। ਅੱਛਾ ਪਰਸੋਂ ਨੂੰ ਆਉਂਗਾ ਹੈ। ਪੱਕਾ? ਪੱਕਾ ਭਾਜੀ, ਨਹੀਂ ਪੱਕਾ ਰੱਖ ਲਾ। ਚਲੋ ਜੀ ਮੋਟਰ ਤਾਂ ਚੈੱਕ ਕਰ ਲਈਏ। ਠੀਕ ਆ, ਲੋਕ ਗੇਟ ਚੈੱਕ ਕਰਦੇ ਹੁੰਦੇ, ਮੈਂ ਇੱਧਰੋਂ ਚੈੱਕ ਕਰਦਾ ਬਾਹਰ। ਇੱਕ ਕੁਦਰਤ ਕਣਕ ਚੈੱਕ ਕਰ ਲਈਏ, ਬਟ ਦਾ ਫੁੱਫੜ ਯਾਰ ਆ ਕੀ ਆ ਯਾਰ, ਕੋਈ ਪੰਗੇ ਲੈਂਦਾ ਮੈਨੂੰ ਲੱਗਦਾ ਜਾ ਕੇ ਆ ਕੇ ਇੱਥੇ। ਆਹ ਸਾਰੀ ਦਾਤੀ ਨਾ ਵੱਢਣੀ ਪੈਣੀ ਆਪਾਂ ਨੂੰ ਇੱਥੇ, ਜਿੰਨੀ ਵੀ ਆ ਸਾਰੀ। ਮੈਨੂੰ ਲੱਗਦਾ ਅੱਜ ਫਿਰ ਬੜਿਆ ਕੋਈ ਇੱਥੇ ਆ ਗਿਆ, ਫਿਰ ਦੇਖੋ ਸਾਰਾ ਭੰਨਿਆ ਪਿਆ। ਦਾਣੇ ਚੈੱਕ ਕਰ ਲਈਏ ਮਿੱਤਰੋ ਇੱਕ ਵਾਰ, ਛੋਟਾ ਜਿਹਾ ਚੱਕ ਲਈਏ ਕੋਈ। 4-5 ਦਿਨ ਪਹਿਲਾਂ ਆਪਾਂ ਚੈੱਕ ਕੀਤੇ ਸੀਗੇ, ਹੁਣ ਅੱਜ ਫਿਰ ਚੈੱਕ ਕਰਦੇ ਇੱਕ ਵਾਰ। ਹਾਏ ਇਹ ਵਾਲੇ 'ਚ ਦਾਣੇ ਕਿੰਨੇ ਬਰੀਕ ਆ ਦੇਖੋ, ਨੋਰਮਲ ਹੈ, ਜ਼ਿਆਦਾ ਨਹੀਂ ਹੈਗੇ ਪਰ ਪੱਕੇ ਪਏ ਹਨ। ਇਹਦੇ ਹਿਸਾਬ ਨਾਲ ਤੈਨੂੰ ਵੱਢ ਲਓ, ਬਟ ਹਜੇ ਨਰਮ ਵੀ ਹੋਣਗੇ ਕਾਫੀ ਹਜੇ ਵਿੱਚ। ਇੱਕ ਅੱਧਾ ਹੋਰ ਪਾਸੋਂ ਟ੍ਰਾਇਲ ਕਰ ਲੈਂਦੇ ਹਾਂ। ਚਲੋ ਇਹਨੂੰ ਸਹੀ, ਇਹਦੇ 'ਚ ਦਾਣੇ ਮੋਟੇ ਆ, ਬਟ ਇਹ ਨਰਮ ਆ ਤਾਂ ਕਰਕੇ ਵੀ ਮੋਟੇ ਲੱਗ ਰਹੇ ਆ। ਵਿੱਚ ਵਿੱਚ ਹੈਗੇ ਦਾਣੇ ਹਾਰਡ ਹੋ ਗਏ ਆ, ਬਟ ਸਾਰੇ ਹਾਰਡ ਨਹੀਂ ਹੈਗੇ। ਆਪਾਂ ਇੱਕ ਟਾਈਮ 'ਤੇ 10 ਤਰੀਕ ਦਾ ਅੰਦਾਜ਼ਾ ਲਾਉਂਦੇ ਸੀ, ਅੱਜ 10 ਤਰੀਕ ਆ, ਹੁਣ 15 ਦੇਖਦੇ ਹਾਂ, 15 ਤੱਕ ਹੋਊਗਾ ਕੰਮ ਇਹਦਾ। ਕਾਫੀ ਸਾਰੇ ਪਾਰਟ ਇੱਦਾਂ ਹੈ ਜਿੱਥੇ ਬਹੁਤ ਹਰੀ ਆ। ਸੋ ਅੱਜ ਦਾ ਪਹਿਲਾ ਕਮੈਂਟ ਬਾਈ, ਪੋਡਕਾਸਟ ਕਰ ਲਾ ਪਲੀਜ਼ ਬਾਈ ਯਾਰ, ਹੁਣ ਤੁਹਾਨੂੰ ਕਿੱਦਾਂ ਦੱਸਾਂ ਸਿਚੁਏਸ਼ਨ ਯਾਰ, ਦੱਸਾਂ ਕਿ ਤੁਸੀਂ ਦੇਖ ਹੀ ਰਹੇ ਆ ਯਾਰ, ਮੈਂ ਤਾਂ ਕੀ ਦੱਸਾਂ ਹੁਣ ਇਹਦੇ ਬਾਰੇ। ਬਹੁਤ ਕੰਪਲੈਕਸ ਹੋਇਆ ਪਿਆ ਕੰਮ, ਆਹ ਕੰਮ ਉਹ ਕੰਮ ਆਹ ਕੰਮ ਉਹ ਕੰਮ, ਹੁਣ ਕਣਕ ਤਿਆਰ ਆ ਯਾਰ, ਪਰ ਹੁਣ ਮੈਂ ਕਿੱਦਾਂ ਜਾਵਾਂ ਯਾਰ। ਮੈਂ ਚਾਹੁੰਦਾ ਵੀ ਮੇਰੀ ਮੇਨ ਚੈਨਲ 'ਤੇ ਵੀਡੀਓ ਵੀ ਪੈ ਜਾਵੇ ਉਸ ਦੇ ਦੌਰਾਨ, ਹੋਰ ਪਰਸਨਲ ਬੈਨੀਫਿਟ ਓਬੀਅਸਲੀ। ਸੋ ਇਹ ਚੱਕਰ ਆ, ਜਾਣ ਨੂੰ ਤਾਂ ਮੈਂ ਕੱਲ੍ਹ ਨੂੰ ਚੱਲ ਜਾਵਾਂ, ਆਪਣੀ ਸਰੋਂ ਖੜੀ ਆ ਹਜੇ। ਮੈਂ ਰਸਤੇ 'ਚ ਬੰਦਾ ਟੱਕਰ ਗਿਆ ਸੀਗਾ, ਉਹਨੂੰ ਪੁੱਛਿਆ, ਉਹਨੂੰ ਪਰਸੋਂ ਦਾ ਕਿਹਾ ਸ਼ਾਇਦ ਆ ਜਾਵੇ, ਸਾਰਾ ਕੁਝ ਫਸਿਆ ਪਿਆ। ਸੋ ਮੋਟਰ 2 ਵਾਲੀ ਕਣਕ ਆ ਜਿਹੜੀ ਜਲਦੀ ਵੱਢ ਹੋਣ ਵਾਲੀ ਹੈ, ਵੀ ਇੱਕ ਵਾਰ ਚੈੱਕ ਕਰ ਲਈਏ ਇਹਦੀ ਵੀ ਕੰਡੀਸ਼ਨ ਦੇਖ ਲਈਏ। ਇਹ ਤਾਂ ਸਾਰੇ ਪੱਕੇ ਹੋਏ ਦਾਣੇ ਵੈਸੇ। 4 ਕੁ ਦਿਨ ਦੀ ਗੇਮ ਹੈ ਮੈਕਸੀਮਮ, 14 ਤਰੀਕ ਦਾ ਰੱਖ ਲਈ ਨਹੀਂ ਤਾਂ ਕਣਕ ਦਾ ਕੰਮ। ਬਟ ਸਭ ਤੋਂ ਵੱਡਾ ਮੇਨ ਇਸ਼ੂ ਇਹ ਆ ਕਿ 14 ਤਰੀਕ ਨੂੰ ਵੈਦਰ ਬਹੁਤ ਭਿਆੰਕਰ ਹੋ ਰਿਹਾ, ਕਹਿੰਦੇ ਕੀ ਕਰੇ ਕਿਸਾਨ, ਕਿੱਥੇ ਜਾਵੇ, ਸਾਰੀ ਇਨਵੈਸਟਮੈਂਟ ਕਿਸਾਨ ਦੀ ਖੁੱਲ੍ਹੇ ਅਸਮਾਨ ਹੇਠ ਪਈ ਆ। ਇੱਦਾਂ ਦੇਖ ਕੇ ਤੁਹਾਨੂੰ ਥੋੜ੍ਹਾ ਜਿਹਾ ਫੀਲ ਹੁੰਦਾ ਵੀ ਕਿਸਾਨ ਕਿੰਨਾ ਸਟਰਗਲ ਕਰਦਾ। ਆਈ ਹੋਪ ਜਦੋਂ ਤੁਸੀਂ ਆਹ ਵਲੌਗ ਦੇਖ ਰਹੇ ਹੋਵੋਗੇ ਉਸ ਦਿਨ ਮੌਸਮ ਸਾਫ ਸੈੱਟ ਹੋਵੇ। ਉਹ ਸ਼ਿਟ, ਜੇ ਤੋਂ ਕੰਮ ਖਰਾਬ ਹੋ ਰਿਹਾ ਹੈ ਗਾਈਸ, ਪੂਰੇ ਦਿਨ ਦੀ ਗਰਮੀ ਜ਼ਿਆਦਾ ਸੀਗੀ, ਅੱਜ ਲੱਗਦਾ ਸੀਗਾ ਕੁਛ ਕੁਛ ਹੋਣ ਵਾਲਾ। 13-14 ਤਰੀਕ ਤੋਂ ਮੌਸਮ ਖਰਾਬ ਸੀਗਾ, ਬਟ ਇਹ ਤਾਂ ਅੱਜ ਹੀ ਹਵਾ ਚੜਨ ਲੱਗੀ। ਚਲੋ ਜੀ ਮਿੱਤਰੋ ਠਿੱਕਾ ਟਾਈਮ, ਇਹ ਨਹੀਂ ਗਾ ਕੋਈ, ਫਟਾਫਟ ਚੱਲਦੇ ਹਾਂ ਬਾਈ, ਵਿਹਲਾ ਹੀ ਅੱਜ। ਚਲੋ ਜੀ ਮੰਮਾ ਜੀ, ਹਾਂਜੀ ਸਿਰ 'ਤੇ ਅੱਜ ਮੈਨੂੰ ਬੁਖਾਰ ਚੜਿਆ ਲੈ, ਹੁਣ ਤਾਂ ਲੈ ਵੀ ਗਿਆ। ਚਲੋ ਜੇ ਮਿੱਤਰੋ ਇਕੱਲਾ ਇਕੱਲਾ ਸੈਰ 'ਤੇ ਆ ਚੁੱਕਾ, ਅੱਜ ਮਾਮੇ ਤੋਂ ਪੈਰਾਸੀਟਾਮੋਲ ਫੇਵਰ ਧੁੱਖ ਖਾਣ ਤੋਂ ਬਾਅਦ ਮਾਮੇ ਦਾ ਮਤਲਬ ਦਿਮਾਗ ਵਰਕ ਕਰਨ ਲੱਗ ਗਿਆ ਵਧੀਆ, ਹੁਣ ਬਹਾਨੇ ਸੋਚਣ ਲੱਗ ਗਿਆ ਮਾਮਾ ਵਧੀਆ। ਅੱਜ ਮੇਰੇ ਸਟੈਪ ਵੀ 4,500 ਹੀ ਹੋਏ ਆ, ਬਹੁਤ ਚੱਪਲਾਂ ਦੀ ਰੀਲ ਬਣਨੀ ਅੱਜ। ਇਸ ਵੀਕ ਤੋਂ ਕਟਿੰਗ ਸਟਾਰਟ ਕੀਤੀ ਆ,
ਪਹਿਲੇ ਦੋ ਦਿਨ ਹੀ ਮੈਂ ਸੌ ਗਿਆ ਜਿੰਮ, ਅਤੇ ਮਤਲਬ ਫਾਈਨਲੀ ਹੁਣ ਜਾ ਕੇ ਆਪਣੇ 10 ਸਟੈਪ ਪੂਰੇ ਹੋਏ ਆ, ਔਲਮੋਸਟ 10 ਹੀ ਵੱਜ ਗਿਆ। ਚਲੋ ਜੀ, ਮਤਲਬ ਚੀਟਾ ਦੁੱਧ ਪੀਣੇ ਦਾ ਟਾਈਮ ਹੋ ਚੁੱਕਾ ਹੈ, ਅਤੇ ਮਤਲਬ 10:30 ਹੋਏ ਆ, ਸੋ ਅੱਜ ਥੋੜ੍ਹਾ ਟਾਈਮ 'ਤੇ ਸੌਂ ਕੇ ਦੇਖਦੇ ਹਾਂ, ਟਾਈਮ ਤੋਂ ਪਹਿਲਾਂ ਸੌਂ ਕੇ ਦੇਖਦੇ ਹਾਂ। ਐਕਚੁਲੀ ਅੱਜ ਮੈਚ ਮੂਚ ਵੀ ਵਿੱਚ ਵਿਚਾਲੇ ਛੱਡਤਾ ਬਾਈ, ਸਵੇਰ ਨੂੰ ਦੇਖਿਆ ਜਾਵੇ ਕੌਣ ਜਿੱਤਿਆ। ਗੁਜਰਾਤ ਦਾ ਮੈਚ ਚੱਲ ਰਿਹਾ ਅੱਜ ਰਾਜਸਥਾਨ ਨਾਲ। ਚਲੋ ਥੈਂਕ ਯੂ ਸੋ ਮਚ ਆਰੀਅਸ ਬਲੌਗ ਪਹੁੰਚਣ ਕੇ ਲਈ, ਮਿਲਦੇ ਹਾਂ ਕੱਲ੍ਹ ਵਾਲੇ ਬਲੌਗ ਮੈਂ।